ਮੰਜੀ ਤੂੰ ਵਾਲੀ ਆਣ ਵਾਲੀ ਆ ਹਾਂਜੀ ਪੁੱਤ ਆਣ ਵਾਲੀ ਬਸ 2-4 ਦਿਨਾਂ ਚ ਡੈਡੀ ਨੂੰ ਆ ਲੈਂਦੇ ਕਿੰਨੇ ਕ ਪੈਸੇ ਮਿਲੇ ਉਹਨਾਂ ਨੂੰ ਫਿਰ ਜਿੰਨਾ ਹੋ ਸਕਿਆ ਤੈਨੂੰ ਲੈ ਦਾਂਗੇ ਹਰ ਵੀ ਇਤਰਾ ਕਰ ਦਿਓ ਹਰ ਵੀ ਕੁਝ ਵੀ ਨਹੀਂ ਲੈ ਕੇ ਦਿੰਦੇ ਪੜ ਲੈ ਪੁੱਤ ਪੜ ਲੈ ਤੂੰ ਵੀ ਕਿਤੇ ਪੜ ਕੇ ਅਫਸਰ ਲੱਗ ਜਾਏਂਗੀ ਪੁੱਤ ਬਸ ਕਰ ਥੱਕ ਜਾਏਂਗੀ ਸਵੇਰ ਦੀ ਲੱਗੀ ਏ ਬਸ ਮੰਮੀ ਆਹੀ ਕੰਮ ਇੰਨਾ ਕੀ ਰਹਿ ਗਿਆ ਹੋਣ ਵਾਲਾ ਥੱਕਣਾ ਇਹਦੇ ਚ ਕੀ ਆ ਕੰਮ ਤੇ ਖਤਮ ਹੋ ਹੀ ਗਿਆ ਚਿੰਤਾ ਤੇ ਮੈਨੂੰ ਵੀ ਆ ਕਿ ਭੈਣ ਦਾ ਨਵਾਂ ਨਵਾਂ ਵਿਆਹ ਕੀਤਾ ਤੇ ਮੈਂ ਅਗਲੇ ਕੀ ਸੋਚਣਗੇ ਕਿ ਦਿਨ ਤਿਹਾਰ ਤੇ ਕੁਛ ਲੈਣ ਦੇਣ ਵੀ ਨਹੀਂ ਕੀਤਾ ਇਹਨਾਂ ਨੇ ਉੱਪਰੋਂ ਮੈਨੂੰ ਨਿੱਕੀ ਜੀ ਦੀ ਟੈਨਸ਼ਨ ਵਾ ਜਦੋਂ ਨੀ ਲੋਕਾਂ ਦੇ ਨਿਆਣਾ ਲਵੇਦੀ ਹੈ ਚਲੋ ਕੋਈ ਗੱਲ ਨਹੀਂ ਤੁਸੀਂ ਮੈਨੂੰ ਦੱਸੋ ਕਿੰਨੇ ਕੁ ਤੁਹਾਨੂੰ ਪੈਸੇ ਚਾਹੀਦੇ ਨਹੀਂ ਆ ਪੈਸੇ ਦਾ ਬਣਦਾ ਹੀ ਕੁੱਖ ਨਹੀਂ ਹੈਗਾ ਹੋਰ ਕੀ ਮੰਮੀ ਤੁਸੀਂ ਵੀ ਨਹੀਂ ਕੁਛ ਲਿਆ ਆਪਣੇ ਲਈ ਉਹ ਤਾਂ ਤੁਸੀਂ ਲੈ ਲਿਆ ਤੇ ਮੈਂ ਲੈ ਲਿਆ ਮਨਪ੍ਰੀਤ ਪੁੱਤਰ ਥੱਕ ਗਏ ਅੱਜ ਤੇ ਇੰਨਾ ਥੱਕ ਗਏ ਆ ਨਾ ਪੁੱਤਰ ਹੁਣ ਤੂੰ ਇੱਦਾਂ ਕਰ 2 ਕੱਪ ਚਾਹ ਧੀਏ ਬਣਾ ਲਿਆ ਚਾਹ ਪੀ ਕੇ ਨਾ ਤੇ ਫਿਰ ਪੁੱਤ ਬਹਿ ਕੇ ਸਾਰਾ ਸਮਾਨ ਜਿਹੜਾ ਸੈੱਟ ਕਰ ਲਈ ਦੱਸ ਮੈਂ ਕੀ ਕਰਾਂ ਫਿਰ ਕਿੱਦਾਂ ਕਰਨੀ ਆ ਹੁਣ ਕੰਮ ਤੇ ਸਾਰੇ ਜ਼ਰੂਰੀ ਆ ਤਰਨੋ ਤੇ ਮੈਨੂੰ ਵੀ ਪਤਾ ਵਾ ਨਹੀਂ ਸਰਨਾ ਚੱਲ ਫਿਰ ਇੱਦਾਂ ਕਰਦੇ ਹਾਂ ਆਪਾਂ ਬਟਾਲੇ ਚੱਲਦੇ ਹਾਂ ਭੂਸ਼ਣ ਕੋਈ ਉਹ 150 ਸਹੀ ਲਾ ਲੈਂਦਾ ਹੀ ਉਹ 1000 ਵਾਲੀ 400 ਦੇ ਦੇਣੀ ਉਹਨੇ ਚੀਜ਼ ਹਾਂਜੀ ਹਾਂਜੀ ਮਾਸੀ ਜੀ ਮੰਮੀ ਦਾ ਤਾਂ ਬੜਾ ਜੀ ਕਰਦਾ ਸੀ ਆਉਣ ਨੂੰ ਪਰ ਥੋੜ੍ਹੀ ਜਿਹੀ ਨਾ ਸਿਹਤ ਢਿੱਲੀ ਸੀ ਮੰਮੀ ਦੀ ਤਾਂ ਕਰਕੇ ਨਹੀਂ ਆਏ ਉਹ ਤਾਂ ਕਹਿੰਦੇ ਕਿ ਭੈਣ ਨੂੰ ਮਿਲਣ ਦਾ ਉਹਨਾਂ ਦਾ ਵੀ ਬੜਾ ਜੀ ਕਰਦਾ ਵਾ ਅਤੇ ਪਰ ਫਿਰ ਢਿੱਲੇ ਕਰਕੇ ਨਹੀਂ ਆ ਪਾਏ ਮੰਮੀ ਤੂੰ ਵਾਲੀ ਆਣ ਵਾਲੀ ਆ ਹਾਂਜੀ ਪੁੱਤ ਆਣ ਵਾਲੀ ਬਸ 2-4 ਦਿਨਾਂ ਚ ਡੈਡੀ ਨੂੰ ਆ ਲੈਂਦੇ ਕਿੰਨੇ ਕੁ ਪੈਸੇ ਮਿਲੇ ਉਹਨਾਂ ਨੂੰ ਫਿਰ ਜਿੰਨਾ ਹੋ ਸਕਿਆ ਤੈਨੂੰ ਲੈ ਦਾਂਗੇ ਹਰ ਵੀ ਇਤਰਾ ਕਰ ਦਿਓ ਹਰ ਵੀ ਕੁਝ ਵੀ ਨਹੀਂ ਲੈ ਕੇ ਦਿੰਦੇ ਪੜ ਲੈ ਪੁੱਤ ਪੜ ਲੈ ਤੂੰ ਵੀ ਕਿਤੇ ਪੜ ਕੇ ਅਫਸਰ ਲੱਗ ਜਾਏਂਗੀ ਪੁੱਤ ਬਸ ਕਰ ਥੱਕ ਜਾਏਂਗੀ ਸਵੇਰ ਦੀ ਲੱਗੀ ਏ ਬਸ ਮੰਮੀ ਆਹੀ ਕੰਮ ਇੰਨਾ ਕੀ ਰਹਿ ਗਿਆ ਹੋਣ ਵਾਲਾ ਥੱਕਣਾ ਇਹਦੇ ਚ ਕੀ ਆ ਕੰਮ ਤੇ ਖਤਮ ਹੋ ਹੀ ਗਿਆ ਚਿੰਤਾ ਤੇ ਮੈਨੂੰ ਵੀ ਆ ਕਿ ਭੈਣ ਦਾ ਨਵਾਂ ਨਵਾਂ ਵਿਆਹ ਕੀਤਾ ਤੇ ਮੈਂ ਅਗਲੇ ਕੀ ਸੋਚਣਗੇ ਕਿ ਦਿਨ ਤਿਹਾਰ ਤੇ ਕੁਛ ਲੈਣ ਦੇਣ ਵੀ ਨਹੀਂ ਕੀਤਾ ਇਹਨਾਂ ਨੇ ਉੱਪਰੋਂ ਮੈਨੂੰ ਨਿੱਕੀ ਜੀ ਦੀ ਟੈਨਸ਼ਨ ਵਾ ਜਦੋਂ ਨੀ ਲੋਕਾਂ ਦੇ ਨਿਆਣਾ ਲਵੇਦੀ ਹੈ ਚਲੋ ਕੋਈ ਗੱਲ ਨਹੀਂ ਤੁਸੀਂ ਮੈਨੂੰ ਦੱਸੋ ਕਿੰਨੇ ਕੁ ਤੁਹਾਨੂੰ ਪੈਸੇ ਚਾਹੀਦੇ ਨਹੀਂ ਆ ਪੈਸੇ ਦਾ ਬਣਦਾ ਹੀ ਕੁੱਖ ਨਹੀਂ ਹੈਗਾ ਹੋਰ ਕੀ ਮੰਮੀ ਤੁਸੀਂ ਵੀ ਨਹੀਂ ਕੁਛ ਲਿਆ ਆਪਣੇ ਲਈ ਉਹ ਤਾਂ ਤੁਸੀਂ ਲੈ ਲਿਆ ਤੇ ਮੈਂ ਲੈ ਲਿਆ ਮਨਪ੍ਰੀਤ ਪੁੱਤਰ ਥੱਕ ਗਏ ਅੱਜ ਤੇ ਇੰਨਾ ਥੱਕ ਗਏ ਨਾ ਪੁੱਤਰ ਹੁਣ ਤੂੰ ਇੱਦਾਂ ਕਰ 2 ਕੱਪ ਚਾਹ ਧੀਏ ਬਣਾ ਲਿਆ ਚਾਹ ਪੀ ਕੇ ਨਾ ਤੇ ਫਿਰ ਪੁੱਤ ਬਹਿ ਕੇ ਸਾਰਾ ਸਮਾਨ ਜਿਹੜਾ ਸੈੱਟ ਕਰ ਲਈ ਦੱਸ ਮੈਂ ਕੀ ਕਰਾਂ ਫਿਰ ਫਿਰ ਕਿੱਦਾਂ ਕਰਨੀ ਆ ਹੁਣ ਕੰਮ ਤੇ ਸਾਰੇ ਜ਼ਰੂਰੀ ਆ ਤਰਨੋ ਤੇ ਮੈਨੂੰ ਵੀ ਪਤਾ ਵਾ ਨਹੀਂ ਸਰਨਾ ਚੱਲ ਫਿਰ ਇੱਦਾਂ ਕਰਦੇ ਹਾਂ ਆਪਾਂ ਬਟਾਲੇ ਚੱਲਦੇ ਹਾਂ ਭੂਸ਼ਣ ਕੋਈ ਉਹ 150 ਸਹੀ ਲਾ ਲੈਂਦਾ ਹੀ ਉਹ 1000 ਵਾਲੀ 400 ਦੇ ਦੇਣੀ ਉਹਨੇ ਹਾਂਜੀ ਹਾਂਜੀ ਮਾਸੀ ਜੀ ਮੰਮੀ ਦਾ ਤਾਂ ਬੜਾ ਜੀ ਕਰਦਾ ਸੀ ਆਉਣ ਨੂੰ ਪਰ ਥੋੜ੍ਹੀ ਜਿਹੀ ਨਾ ਸਿਹਤ ਢਿੱਲੀ ਸੀ ਮੰਮੀ ਦੀ ਤਾਂ ਕਰਕੇ ਨਹੀਂ ਆਏ ਉਹ ਤਾਂ ਕਹਿੰਦੇ ਕਿ ਭੈਣ ਨੂੰ ਮਿਲਣ ਦਾ ਉਹਨਾਂ ਦਾ ਵੀ ਬੜਾ ਜੀ ਕਰਦਾ ਵਾ ਅਤੇ ਪਰ ਫਿਰ ਢਿੱਲੇ ਕਰਕੇ ਨਹੀਂ ਆ ਪਾਏ